ਰਤਿਆ ਸੋਹਣਗੜ੍ਹ 'ਚ ਠਾਕਰ ਸੋਹਣ ਸਿੰਘ ਦੀ ਹਵੇਲੀ ਜੀ। ਅੱਜ ਇੱਕ ਹੋਰ ਰੂਪ 'ਚ ਵੇਖੀਏ, ਇਹਦੀ ਹਾਲਤ ਵੇਖੀਏ, ਅੰਦਰ ਕਿਹੋ ਜਿਹੀ ਹੈ। ਦੁੱਖ ਹੁੰਦਾ, ਅਫਸੋਸ ਹੁੰਦਾ ਇਹਦੀ ਹਾਲਤ ਵੇਖ ਕੇ। ਇਹਦੀ ਹਾਲਤ ਵੇਖ ਕੇ ਅਫਸੋਸ ਹੁੰਦਾ। ਆਹ ਹਾਲਤ ਆ, ਛੱਤਾਂ ਡਿੱਗ ਪਈਆਂ, ਬੁਰਾ ਹਾਲ, ਕੋਈ ਨਹੀਂ ਸੰਭਾਲਣ ਵਾਲਾ। ਬਹੁਤ ਪੂਜਾ ਪੂਜਾ ਵਾਸਤੇ ਹੋਣਾ, ਪੂਜਾ ਵਾਸਤੇ ਕਮਰਾ ਹੋਊਗਾ। ਇੱਕ ਮਿੰਟ ਬਾਹਰ ਅੰਦਰ ਵੇਖ ਲਈਏ, ਆਹ ਦੇਖ ਕੀ ਹਾਲ ਹੋਇਆ। ਠਾਕੁਰ ਸੋਹਣ ਸਿੰਘ ਹਜ਼ਾਰਾਂ ਕਿੱਲਿਆਂ ਦੇ ਮਾਲਕ, ਸੈਂਕੜੇ ਪਿੰਡਾਂ ਦੇ ਮਾਲਕ। ਅੱਜ ਕੋਈ ਦੀਵਾ ਬੱਤੀ ਕਰਨ ਵਾਲਾ ਕੋਈ ਨਹੀਂ, ਧੂਫ ਜਗਾਉਣ ਵਾਲਾ ਕੋਈ ਨਹੀਂ। ਸਮਾਂ ਬੜਾ ਬਲਵਾਨ, ਸਮਾਂ ਬੜਾ ਬਲਵਾਨ, ਲੱਖਾਂ ਤੋਂ ਕੱਖ ਕਰ ਦਿੰਦਾ। ਜਾਂਦੀ ਉੱਥੇ ਸ਼ੁਰੂ ਹੁੰਦੀ ਹੈ। ਕੋਈ ਇੱਥੇ ਆਊਗਾ ਸਾਨੂੰ ਮਿਲਾਇਓ, ਉਹਨਾਂ ਨੂੰ ਆਉਂਦਾ ਕਿੱਥੇ ਕਿੱਥੇ ਰਹਿ ਰਹੇ ਉਹਨਾਂ ਦੇ ਜਿਹੜੇ ਕੋਈ ਵਾਰਸ ਹੈ? ਕੋਟੀ ਬੂੰਦਾ, ਹਾਂ ਬੂੰਦੀ ਕੋਟੇ ਰਹਿ ਰਹੇ ਇਹਨਾਂ ਦੇ ਭਰਾ, ਕਾਫੀ ਕਬੀਲਾ, ਬਾਕੀ ਸਰਸੇ ਵੀ ਹੈ। ਅੱਛਾ, ਆਟੋ ਵੀ, ਆਟੋ ਵੀ ਹੈਗੇ ਜੀ। ਅੱਛਾ ਅੱਛਾ, ਬੀਕਾਨੇਰ ਵੀ ਹੈਗੇ ਜੀ। ਕਦੇ ਉਹਨਾਂ ਨੇ ਆ ਕੇ ਇਹ ਨਹੀਂ ਸੋਚਿਆ ਵੀ ਇਹਦਾ ਟਾਈਮ ਠੀਕ ਕਰਾਈਏ ਵੇਲੀ ਨੂੰ? ਹਾਂ, ਵੇਲੀ ਜਿਹੜੀ ਉਹ ਤਾਂ ਹੋਰ ਵੇਲੀਆਂ ਉਹਨਾਂ ਕੋਲ ਬਥੇਰੀਆਂ ਤਕੜੀਆਂ। ਅੱਛਾ, ਇਸ ਤੋਂ ਵੀ ਤਕੜੀਆਂ ਹੈਗੀਆਂ? ਤਕੜੀਆਂ ਨਹੀਂ ਹੋਣਗੀਆਂ, ਛੋਟੀਆਂ ਹੋਣਗੀਆਂ, ਤਾਂ ਹੈਗੀਆਂ ਹੈ ਸਭ ਕੁਝ, ਤਕੜਾ ਕਾਰੋਬਾਰ। ਹਾਂ, ਇਹ ਹੈ ਨਾ ਇਹਦੀ ਜਿਹੜੀ ਇਹਦੀ ਮੁਰੰਮਤ ਤੇ ਵੀ ਲੱਖਾਂ ਰੁਪਈਏ ਲੱਗਣੇ, ਕਿਹੜਾ ਖੇਤੀ ਹੋ ਜੀ, ਅਰਬਾਂ ਰੁਪਈਆ। ਹਾਂ, ਇਹਦਾ ਨੀਂਹ ਬਹੁਤ ਤਕੜੀ ਹੈ ਜੀ, ਐਡੀ ਤਾਂ ਇਹ ਖੜੇ ਹੈ, ਸਾਡੇ ਮਕਾਨ ਨਹੀਂ ਖੜਦੇ। ਚਾਹਤੇ ਹੈ ਕਿ ਹਮ ਆਗੇ ਵੀ ਐਸੇ ਹੀ ਸਿਰਫ ਆਪਣੀ ਕੌਮ ਕੇ ਲਈ ਆਵਾਜ਼ ਉਠਾਤੇ ਰਹੇ, ਜੋ ਕਿ ਮੇਰੇ ਲਈ ਸਭਸੇ ਪਹਿਲੇ ਆਪਣੀ ਕੌਮ ਹੈ। ਤੋ ਆਪ ਹਮੇ ਨੀਚੇ ਦੀਏ ਹੋਏ ਜੋ QR ਕੋਡ ਹੈ, ਆਪ ਸਭੀ ਸਕੈਨ ਕਰਕੇ ਆਪ ਸਭੀ ਇਸਕੋ ਹਮੇ ਜਿਤਨੀ ਸਪੋਰਟ ਕਰ ਸਕਤੇ ਹੈ, ਕਿਸੀ ਸੇ 20, 50, 100, 500, ਜਿਤਨਾ ਵੀ ਆਪਸੇ ਹੋਤਾ ਹੈ, ਔਰ ਹਮ ਐਸੇ ਹੀ ਛਤਰੀ ਇਤਿਹਾਸ ਪਰ ਵੀਡੀਓ ਬਣਾਤੇ ਰਹੇ। ਆਪ ਇਸ QR ਕੋਡ ਕੇ ਸਕਰੀਨਸ਼ਾਟ ਲੈ ਸਕਤੇ ਹੈ। ਸਭੀ ਭਾਈਓ ਕੋ ਜੈ ਦੇਵ, ਜੈ ਮਾਂ ਭਵਾਨੀ ਔਰ ਜੈ ਛਤਰ।